ਚੜ੍ਹਦੀ ਕਲਾ ਦੇ ਨਾਲ ਪ੍ਰਚਾਰ ਕਰਨਾ ਚਾਹੀਦਾ। ਕਿਸੇ ਵਾਸਤੇ ਨਹੀਂ ਕਰਨਾ ਆਪਾਂ, ਗੁਰੂ ਵਾਸਤੇ ਕਰਨਾ ਆਪਾਂ, ਗੁਰੂ ਵਾਸਤੇ ਕਰਦੇ ਆਏ ਦਸ਼ਮੇਸ਼। ਕਿਉਂਕਿ ਨਾਸਤਿਕਤਾ ਵੱਧ ਰਹੀ ਹੈ ਭਾਈ, ਨਾਸਤਿਕਤਾ ਵੱਧ ਰਹੀ ਹੈ, ਅਸ਼ਰਧਾ ਵੱਧ ਰਹੀ ਹੈ। ਗੁਰੂ ਦੇ ਵਿਰੁੱਧ ਪ੍ਰਚਾਰ ਹੋ ਰਿਹਾ, ਗੁਰੂ ਦੀ ਬਾਣੀ ਦੇ ਵਿਰੁੱਧ ਪ੍ਰਚਾਰ ਹੋ ਰਿਹਾ, ਗੁਰਬਾਣੀ ਦੇ ਗਲਤ ਅਰਥ ਲਾਏ ਜਾ ਰਹੇ ਹਨ। ਇਹ ਕਲਯੁਗ ਕਰਦੇ, ਜੇ ਹੁਣ ਆਪਾਂ ਸਿੱਖ ਨਹੀਂ ਬੋਲਣਗੇ ਹੋਰ ਕੌਣ ਬੋਲੂਗਾ ਭਾਈ? ਜੇ ਗੁਰੂ ਦੇ ਹੱਕ ਦੇ ਵਿੱਚ ਅਸੀਂ ਨਹੀਂ ਬੋਲ ਸਕਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਕ 'ਚ ਅਸੀਂ ਨਹੀਂ ਬੋਲ ਸਕਦੇ, ਦਸ਼ਮੇਸ਼ ਪਿਤਾ ਜੀਆਂ ਦੇ ਹੱਕ ਦੇ ਵਿੱਚ ਅਸੀਂ ਨਹੀਂ ਬੋਲ ਸਕਦੇ, ਧਰਮ ਦੇ ਹੱਕ ਵਿੱਚ ਅਸੀਂ ਨਹੀਂ ਬੋਲ ਸਕਦੇ, ਫਿਰ ਹੋਰ ਕੌਣ ਬੋਲੂਗਾ? ਇੱਕ ਦੂਜੇ ਦੇ ਮੂੰਹ 'ਚ ਨਹੀਂ ਦੇਖਦੇ ਰਹਿਣਗੇ ਸਾਰੇ? ਅਸੀਂ ਬੋਲਾਂਗੇ, ਅਸੀਂ ਤਾਂ ਬੋਲਾਂਗੇ, ਇਸ ਚੀਜ਼ 'ਤੇ ਜ਼ਰੂਰ ਬੋਲਾਂਗੇ। ਧਰਮ ਵਾਸਤੇ ਬੋਲਾਂਗੇ, ਗੁਰੂ ਵਾਸਤੇ ਬੋਲਾਂਗੇ, ਗੁਰੂ ਮਹਾਰਾਜ ਵਾਸਤੇ ਜੋ ਜੋ ਜਿੰਨੀ ਮਹਾਰਾਜ ਨੇ ਹਿੰਮਤ ਬਖਸ਼ੀ ਹੈ, ਅਸੀਂ ਤਾਂ ਇਸ ਵਾਸਤੇ ਬੋਲਾਂਗੇ ਭਾਈ। ਅਸੀਂ ਇਹ ਗੱਲ ਨਹੀਂ ਸਹਿਣ ਕਰਾਂਗੇ, ਪ੍ਰਚਾਰ ਕਰਾਂਗੇ, ਬੋਲਾਂਗੇ। ਇਸ ਕਰਕੇ ਜੇ ਸਿੱਖ ਨਹੀਂ ਬੋਲਣਗੇ ਹੋਰ ਕੌਣ ਬੋਲਣਗੇ? ਕਾਹਦੇ ਵਾਸਤੇ ਸਿੱਖ ਬਣੇ ਭਾਈ? ਜੇ ਅਸੀਂ ਗੁਰੂ ਵਾਸਤੇ ਬੋਲ ਹੀ ਨਹੀਂ ਸਕਦੇ, ਅਸੀਂ ਦੋ ਅੱਖਰ ਬੋਲ ਨਹੀਂ ਸਕਦੇ, ਅਸੀਂ ਕਹਿ ਨਹੀਂ ਸਕਦੇ, ਦਸ਼ਮੇਸ਼ ਪਿਤਾ ਦੀ ਸੇਵਾ ਕਾਹਦੀ ਹੋਈ? ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਕਿਹਾ ਜਾਂਦਾ ਸਰ ਗੁਰੂ ਦਾ। ਹਾਂਜੀ, ਇਹ ਅੰਮ੍ਰਿਤ ਛਕਣਾ ਹੈ, ਹਰ ਇੱਕ ਨੇ ਪੁੱਛਿਆ ਜਾਂਦਾ ਅੰਮ੍ਰਿਤ ਛਕਣਾ ਹੈ? ਹਾਂ, ਅੰਮ੍ਰਿਤ ਛਕਣਾ, ਫਿਰ ਸਿਰ ਗੁਰੂ ਨੂੰ ਦੇਵੇਂਗਾ, ਦੇ ਸਿਰ ਗੁਰੂ ਨੂੰ ਸਿਰ, ਫਿਰ ਉਦੋਂ ਸਿੱਖਣ ਕਰਦਾ, ਹਾਂਜੀ ਮੇਰਾ ਜਿਹੜਾ ਸਿਰ ਹੈ ਇਹ ਤੁਹਾਡਾ ਹੋਇਆ, ਪੰਜਾਂ ਪਿਆਰਿਆਂ ਦੇ ਭੇਟ ਕੀਤਾ ਗੁਰੂ ਦਾ ਸਿਰ। ਫਿਰ ਪੰਜ ਪਿਆਰੇ ਕਹਿੰਦੇ ਨੇ ਠੀਕ ਹੈ, ਕੱਟਿਆ ਤਾਂ ਨਹੀਂ ਜਾਂਦਾ ਤੇਰਾ ਸਿਰ, ਪਰੰਤੂ ਅੱਜ ਤੋਂ ਗੁਰੂ ਦਾ ਸਮਝਣਾ, ਜੇ ਲੋੜ ਪਵੇ ਤਾਂ ਗੁਰੂ ਵਾਸਤੇ ਸਿਰ ਵੀ ਲਾ ਦੇਣਾ। ਇਹ ਫਿਰ ਗੁੱਲਾਂ ਦੀਆਂ ਸਿੱਖੀਆਂ ਰਹਿਣੀਆਂ ਭਾਈ, ਕੁਛ ਕਰ ਨਹੀਂ ਸਕਦੇ ਗੁਰੂ ਵਾਸਤੇ, ਧਰਮ ਵਾਸਤੇ ਨਹੀਂ ਕੁਛ ਕਰ ਸਕਦੇ। ਇਸ ਕਰਕੇ ਭਾਈ ਮਤਲਬ ਕਹਿਣ ਦਾ ਇਹ ਸੀ ਕਿ ਲੋੜ ਹੈ, ਇਸ ਚੀਜ਼ ਦੀ ਬਹੁਤ ਲੋੜ ਹੈ ਧਰਮ ਦੇ ਵਾਸਤੇ, ਕਿਉਂਕਿ ਨਾਸਤਿਕਾਂ ਦਾ ਪ੍ਰਚਾਰ ਬਹੁਤ ਵੱਧ ਗਿਆ, ਪੁੱਠਾ ਪ੍ਰਚਾਰ ਬਹੁਤ ਵੱਧ ਗਿਆ। ਗੁਰੂ ਤੋਂ ਬਹੁਤ ਪ੍ਰਚਾਰ ਕਰਦੇ ਹਨ, ਬਾਣੀ ਦੇ ਉਲਟ ਅਰਥ ਕਰਦੇ ਹਨ, ਬਹੁਤ ਵੱਧ ਗਏ ਨੇ। ਇਸ ਕਰਕੇ ਜੇ ਧਰਮ ਮਹਾਰਾਜ ਬਾਣੀ 'ਚ ਕਹਿੰਦੇ ਨੇ ਬੋਲ ਸੋ ਧਰਮੀ ਡਿਆ, ਮੌਨ ਕਰ ਧਾਰੀ ਰਾਮ ਕਹਿੰਦੇ, ਧਰਮੀ ਕਹਾਉਣ ਦਾ ਕੁਛ ਬੋਲ, ਚੁੱਪ ਕਰਕੇ ਬੈਠਾ, ਮੌਨ ਧਾਰ ਕਰਕੇ ਬੈਠਾ ਹਾਂ, ਬੋਲ ਸੋ ਧਰਮੀ ਡਿਆ, ਮੌਨ ਕਰ ਧਾਰੀ ਰਾਮ ਕਹਿੰਦੇ, ਮੌਨ ਕਿਉਂ ਧਾਰੀ ਬੈਠਾ ਹੈ, ਚੁੱਪ ਕਿਉਂ ਬੈਠਾ ਹੈ, ਤੇਰੇ ਅੰਦਰ ਦਰਦ ਨਹੀਂ ਹੈ, ਦਿਲ ਨਹੀਂ ਹੈ, ਗੁਰੂ ਦੀ ਬੇਅਦਬੀ ਹੋ ਰਹੀ ਹੈ, ਗੁਰੂ ਵਾਸਤੇ ਬੁਰਾ ਕਿਹਾ ਜਾ ਸਕਦਾ। ਮਹਾਰਾਜ ਗੁਰ ਕੀ ਨਿੰਦਾ ਕਰੇ ਸੁਣੇ ਨਾ ਖਾਨ, ਭੇਟ ਕਰੇ ਸੰਗ ਕਿਰਪਾਨ। ਇਸ ਕਰਕੇ ਜਿੰਨੀ ਮਹਾਰਾਜ ਨੇ ਹਿੰਮਤ ਬਖਸ਼ੀ, ਅਸੀਂ ਤਾਂ ਭਾਈ ਅਜੇ ਕੋਸ਼ਿਸ਼ ਕਰਾਂਗੇ, ਬੋਲਾਂਗੇ ਧਰਮ ਦੇ ਵਾਸਤੇ, ਸ਼ਹੀਦਾਂ ਵਾਸਤੇ, ਸਾਧੂਆਂ ਵਾਸਤੇ, ਬ੍ਰਹਮ ਗਿਆਨੀਆਂ ਵਾਸਤੇ, ਮਹਾਂਪੁਰਸ਼ਾਂ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ, ਰਹਿਤ ਵਾਸਤੇ, ਅੰਮ੍ਰਿਤ ਵਾਸਤੇ, ਬਾਣੀ ਵਾਸਤੇ, ਜਿੰਨਾ ਕੁਛ ਹੋ ਸਕਿਆ ਉਹਨਾਂ ਕੁਛ ਭਾਈ ਪ੍ਰਚਾਰ ਕਰਾਂਗੇ।